ਪੰਜਾਬ ਪੁਲਿਸ ਦੇ ਉੱਤੇ ਵੀ ਉਹਨਾਂ ਨੇ ਹਮਲਾ ਕਿਹੜਾ ਬੋਲਿਆ, ਮੁਲਾਜ਼ਮਾਂ ਦੇ ਵੀ ਕਿਰਪਾਨ ਕਿਹੜੀ ਕੱਢੀ ਹੈ? ਕੋਈ ਮੁਲਾਜ਼ਮ ਦੀ ਘਾਇਲ ਹੋਇਆ? ਹੱਥੋਬਾਜ਼ੀ ਤੱਕ ਵੀ ਕਿਹੜੀ ਮਤਲਬ ਤੁਹਾਡੇ ਨਾਲ ਵੀ ਹੋਈ ਹੈਗੀ? ਜੀ ਮੁਲਾਜ਼ਮ ਤੇ ਲੱਗੀ ਵੀ ਹੈਗੀ ਕਿਰਪਾਨ? ਕੀ ਨਾਮ ਹੈ, ਕਿਹੜੇ ਹਮਲਾ ਕੀਤਾ ਗਿਆ? ਕੀ ਕਾਰਵਾਈ ਕੀਤੀ ਜਾ ਰਹੀ ਹੈਗੀ? ਪਹਿਲੇ ਵੀ ਇਹਨਾਂ ਨੇ ਪਹਿਲੇ ਵੀ ਠੇਕਾ ਬੰਦ ਕਰਾਉਣ ਵਾਲੇ ਹਮਲੇ ਹਮਲੇ ਬੰਦ ਕਰਵਾਏ ਸੀਗੇ, ਉਹਦੇ ਵਿੱਚ ਵੀ ਜਿਹੜਾ ਕਿਰਪਾਨਾਂ ਮਾਰੀਆਂ ਗਈਆਂ ਸੀ, ਪ੍ਰਸ਼ਾਸਨ ਨੇ ਉਦੋਂ ਕਿਉਂ ਨਹੀਂ ਕਾਰਵਾਈ ਕੀਤੀ? ਸਾਡੇ ਕੋਲ ਇਹੋ ਜਿਹੀ ਕੋਈ ਇਨਫੋਰਮੇਸ਼ਨ ਨਹੀਂ। ਅੱਗੇ ਵੀ ਪੁਲਿਸ ਨਾਲ ਬਹਿਸ ਹੁੰਦੀ ਨਾ ਜਾਏ, ਝੜਪ ਹੋਈ ਹੈ, ਉਸ ਤੋਂ ਬਾਅਦ ਫਿਰ ਅੱਜ ਦੁਬਾਰਾ ਇਸ ਚੀਜ਼? ਹਾਂ, ਪਹਿਲਾਂ ਮੇਰੇ ਖਿਆਲ ਐਸ ਐਚ ਓ ਸੱਤ ਗਏ ਸੀ, ਉਹਨਾਂ ਦਾ ਬੋਲ ਬੁਲਾਰਾ ਹੋਇਆ ਸੀ ਜੀ, ਉਸ ਤੋਂ ਬਾਅਦ ਅੱਜ ਮੈਂ ਖੁਦ ਗਿਆ ਸੀ, ਸੋਰਟ ਆਊਟ ਕਰਤਾ ਮੈਂ। ਠੀਕ, ਸਰਟੀਫਿਕੇਟ ਵੀ ਵਜੀ ਹੈ ਸਰ? ਕਿਸੇ ਦੇ ਨਹੀਂ ਜੀ, ਬਚਾਈ ਹੈ।